ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦਾ ਅੰਮ੍ਰਿਤ ਵੇ ਕੀਰਤਨ ਆਪ ਜੀ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਦੇ ਸੋ ਗੁਰੂ ਦੀ ਕਿਰਪਾ ਗੁਰੂ ਦੀ ਅਸੀਸ ਸਦਕਾ ਇਹੋ ਜਿਹੇ ਗੁਰਮਤਿ ਸਮਾਗਮ ਉਲੀਕੇ ਜਾਂਦੇ ਨੇ ਸੋ ਜਿੰਨਾ ਵੀ ਸਮਾਂ ਆਪਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣਾ ਹੈ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਆਪਾਂ ਗੁਰੂ ਸ਼ਬਦ ਵਿੱਚੋਂ ਹਾਸਲ ਕਰਨੇ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਪਾਂ ਆਗਮ ਪੁਰਖ ਦੀਆਂ ਖੁਸ਼ੀਆਂ ਸਾਂਝੀਆਂ ਕਰਨੀਆਂ ਨੇ ਅਤੇ ਇਹ ਖੁਸ਼ੀਆਂ ਆਪਾਂ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਅੰਤਰ ਧਿਆਨ ਹੋ ਕੇ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਜੁੜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦਾਰੇ ਸ਼ਬਦ ਰੂਪ ਵਿੱਚ ਕਰਕੇ ਪ੍ਰਾਪਤ ਕਰਨੀਆਂ ਨੇ ਸੁਭਾਵ ਕੋਈ ਵੀ ਰਚਨਾ ਵਾਂਝੀ ਨਾ ਰਹੇ ਜਿਤਨੀ ਵੀ ਸੰਗਤ ਜੁੜ ਬੈਠੀ ਹੈ ਰਲ ਕੇ ਆਪਾਂ ਸੰਗਤੀ ਰੂਪ ਵਿੱਚ ਸਤਿਗੁਰੂ ਜੀ ਦੇ ਗੁਣਗਾਣ ਕਰਾਂਗੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾਂ ਮੈਂ ਨਾ ਹੀ ਹੋਰ ਕੋਈ ਵੀ ਰਚਨਾ ਵਾਂਝੀ ਨਾ ਰਹੇ ਪਿਆਰ ਸਰਕਾਰ ਦੇ ਨਾਲ ਸਾਰੀ ਸੰਗਤ ਰਲ ਕੇ ਸਤਿਗੁਰੂ ਦੀ ਕੀਰਤੀ ਕਰੀਏ ਜੀ ਗੁਰੂ ਗੁਰੂ ਗੁਰ ਕਰ ਮਨ ਮੋਹ ਗੁਰੂ ਗੁਰੂ ਜੇ ਸੋਚਦਾ ਗੁਰੂ ਬਿਨਾਂ
गुरु की सेवा
तुझ गया कैसा
ਪੁਰਖਾਂ ਦਰਸ਼ਨ ਦੇਖ ਨਿਹਾਲ ਗੁਰ ਕਾ ਸੀ ਕਰ ਮੈਂ ਪਾਇਆ ਵਿਨਾਸ਼ੀ
ਦੱਸਦੇ ਸਨ ਵੀ ਬੜੇ ਵਧੀਆ ਕੀਰਤਨੀਏ ਸੰਗਤ ਵਿੱਚ ਬੈਠੀਆਂ ਬੜੀਆਂ ਰੂਹਾਂ ਜੋ ਗੁਰਬਾਣੀ ਦੇ ਨਾਲ ਜੁੜੀਆਂ ਤੇ ਜਦੋਂ ਆਪਾਂ ਸ਼ਬਦ ਪੜ੍ਹਦੇ ਸੀ ਤਾਂ ਬੜੀ ਆਵਾਜ਼ ਗੁਰੂ ਸ਼ਬਦ ਆ ਰਹੀ ਸੀ ਬੜੀ ਕਿਰਪਾ ਸਤਿਗੁਰੂ ਜੀ ਦੀ ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਆਪ ਦੇ ਸਰਬ ਸੰਗਤ ਤੇ ਸਤਿਗੁਰੂ ਮਿਹਰ ਕਰਦੇ ਰਹੇ ਸਤਿਗੁਰੂ ਜੀ ਦੇ ਗੁਣਗਾਨ ਕਰਨ ਦੀ ਸਮਰੱਥਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹਿਣ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾ ਜਿਹਨਾਂ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਿਮਤਾਂ ਕਰਦੇ ਨੇ ਉਹੀ ਬਾਣੀ ਨਾਲ ਜੁੜ ਕੇ ਸਤਿਗੁਰੂ ਜੀ ਦੀ ਵਡਿਆਈ ਕਰਨ ਦਾ ਸੁਭਾਗ ਸਮਾਂ ਹਾਸਲ ਕਰਦੇ ਸੋ ਆਓ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਬਚਨ ਆਪਾਂ ਸਾਰੇ ਜਣੇ ਰਲ ਕੇ ਗਾਇਨ ਕਰੀਏ ਜੀ ਸਾਧੂ ਮਨ ਕਾ ਮਾਨ ਤਿਆਗ ਸਾਧੂ ਮਨ ਕਾ ਮਾਨ ਮਨ ਕਾ ਮਾਨ ਤਿਆਗੋ
मन का बाण त्यागो सतगुरु साधो मन का बाण त्यागो काम क्रोध संगत काम क्रोध संगत
Sadhu, man ka maan tyaago,
ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਨ ਤਨ ਮਨ ਥੀਵੇ ਹੈ। ਇਹ ਗੁਰੂ ਨਾਨਕ ਦਾ ਦਰ ਐਸਾ ਹੈ ਜਿੱਥੇ ਜੇ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨੇ ਨੇ ਤੇ ਸਾਨੂੰ ਆਪਣੇ ਅੰਦਰ ਦਾ ਪਹਿਲਾ ਹੰਕਾਰ ਖਤਮ ਕਰਨਾ ਪੈਣਾ, ਆਪਣੇ ਆਪ ਨੂੰ ਇੱਕ ਮਿੱਟੀ ਦੀ ਗਿਆਈ ਸਮਝਣਾ ਪੈਣਾ। ਮਾਫ ਕਰਨਾ, ਅਸੀਂ ਤਾਂ ਐਸੇ ਹੋ ਗਏ ਹਾਂ ਵੀ ਜੇ ਲੰਗਰ ਦੀ ਸੇਵਾ ਵੀ ਕਰ ਰਹੇ ਹਾਂ ਤਾਂ ਆਸੇ ਪਾਸੇ ਨਿਗਾਹ ਮਾਰਦਿਆਂ ਵੀ ਕੋਈ ਸਾਡੀ ਸੇਵਾ ਦੇਖ ਲਵੇ ਤਾਂ ਚੰਗੀ ਗੱਲ ਹੈ, ਵੀ ਇਹ ਕਹੇਗਾ ਵੀ ਬੜੀ ਸੇਵਾ ਕਰਦਾ ਗੁਰੂ ਸਾਹਿਬ। ਇਹ ਗੁਰੂ ਨਾਨਕ ਦਾ ਦਰ ਐਸਾ ਹੈ, ਇਹ ਸੇਵਾ ਐਸੀ ਹੋਣੀ ਚਾਹੀਦੀ ਹੈ ਵੀ ਸੇਵਾ ਦੇ ਵਿੱਚ ਇਤਨਾ ਘੁਲ ਮਿਲ ਜਾਵੇ ਕਿ ਪਤਾ ਹੀ ਨਾ ਲੱਗੇ ਵੀ ਕੀ ਕਰਦਾ। ਸਤਿਗੁਰੂ ਜੀ ਦੇ ਦਰਸ਼ਨ ਸੇਵਾ ਵਿੱਚੋਂ ਸ਼ਬਦ ਵਿੱਚੋਂ ਹਾਸਲ ਹੋਣ, ਗੁਰੂ ਕਿਰਪਾ ਕਰੇ। ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਮੈਂ ਵੀ ਸਟੇਜ 'ਤੇ ਇਹ ਕਹਿ ਰਿਹਾ, ਪਰ ਕਮਾਉਣੀਆਂ ਬੜੀਆਂ ਔਖੀਆਂ ਅਤੇ ਕਮਾਈਆਂ ਇਸ ਤਰ੍ਹਾਂ ਜਾੜੀਆਂ ਨੇ। ਇਸੇ ਤਰ੍ਹਾਂ ਹੀ ਸੰਗਤ ਰੂਪ ਵਿੱਚ ਸਾਡੀਆਂ ਤੁਹਾਡੀਆਂ ਅਰਦਾਸਾਂ ਸਤਿਗੁਰੂ ਜੀ ਨੇ ਸੰਗਤ ਰੂਪ ਵਿੱਚ ਪ੍ਰਵਾਨ ਕਰਨੀਆਂ, ਸਾਨੂੰ ਜਿੱਥੇ ਨਾਮ ਦੀ ਦਾਤ ਬਖਸ਼ਿਸ਼ ਕਰਨੀਆਂ, ਤੁਹਾਨੂੰ ਨਾਮ ਦੀਆਂ ਦਾਤਾਂ ਦੀਆਂ ਝੋਲੀਆਂ ਬਖਸ਼ਿਸ਼ ਕਰਨੀਆਂ। ਇਹ ਹਉਮੈ ਦਾ ਜੋ ਕੀੜਾ ਸਤਿਗੁਰੂ ਜੀ ਨੇ ਮਾਰਨਾ, ਹੋਰ ਕੋਈ ਨਹੀਂ ਮਾਰ ਸਕਦਾ। ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਜੀ ਹੁਕਮ ਕਰਦੇ ਸਨ, ਕਬੀਰ ਹੱਜ ਕਾਬੇ ਹੋ ਜਾਏ ਤਾਂ ਆਗੇ ਮਿਲਿਆ ਖੁਦਾਏ, ਸਾਈ ਮੁਝ ਮੈਂ ਕਿਆ ਕਰਤਾ। ਇਹ ਸ਼ਬਦ ਆਪ ਜੀ ਸਰਵਨ ਕਰੋਗੇ ਸੁਭਾਵ ਪਿਆਰ ਸਤਿਕਾਰ। ਸਾਈ ਮੁਝ ਮੈਂ ਕਿਆ ਖਤਾ, ਸਾਈ ਮੁਝ ਮੈਂ ਕਿਆ ਖਤਾ, ਸਾਈ ਮੁਝ ਮੈਂ ਕਿਆ ਸਾਈ ਮੁਝ ਮੈਂ
ਸਤਿਗੁਰ ਜੀ ਬਖਸ਼ਣ ਸਾਰੇ ਨੇ ਸਾਡੀਆਂ ਤੁਹਾਡੀਆਂ ਸਾਰਿਆਂ ਦੇ ਭੁੱਲਾਂ ਨਾ ਚਤਾਰ ਦੇ ਸਾਰੀ ਸੰਗਤ ਨੂੰ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨ ਸੋ ਗੰਜ ਗੰਜ ਕੇ ਫਤਿਹ ਬੁਲਾਈ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।